ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜੀਆਂ ਐਸਐਸਟੀ ਦੀ ਟੀਚਰ ਭਰਤੀ ਸੀ ਜਾਂ ਇਸ ਤੋਂ ਇਲਾਵਾ ਸਾਇੰਸ ਗਣਿਤ ਦੇ ਜਿਹੜੇ ਐਗਜ਼ਾਮ ਜਿਹੜੇ ਮਾਸਟ ਗੇਨਰ ਦੇ ਵਿੱਚ ਰਹਿੰਦੇ ਸੀਗੇ ਸੋ ਉਹਨਾਂ ਦੀ ਪਬਲਿਕ ਨੋਟਸ ਆ ਚੁੱਕੇ ਆ ਅੱਜ ਹੀ ਜਿਹੜਾ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਮਾਸਟਰ ਕੇਡਰ ਵਾਸਤੇ 3704 ਪੋਸਟਾਂ ਦੇ ਜਿਹੜੇ ਐਗਜ਼ਾਮ ਰਹਿੰਦੇ ਸੀ ਜਿਹੜੇ ਸਵੈਕਟਰ ਰਹਿੰਦੇ ਸੀ ਉਹਨਾਂ ਦੇ ਪੇਪਰ ਜਿਹੜੇ ਹੁਣ ਜਾ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਆ ਔਰ ਬਿਲਕੁਲ ਸਮਾਜਿਕ ਸਿੱਖਿਆ ਦੇ ਪਿਛੇ ਦੀ ਪ੍ਰੀਖਿਆ ਦੀ ਡੇਟਸ਼ੀਟ 2412 ਰਾਹੀਂ ਜਿਹੜਾ ਜਾਰੀ ਕੀਤੀ ਗਈ ਸੀ ਪਾਵੇਂ ਨਾ ਦੀ ਜਿਹੜੀ ਹੁਣ 9 ਜਨਵਰੀ ਤੋਂ ਪੇਪਰ ਸਟਾਰਟ ਹੋਣੇ ਆਗੇ ਆ ਪਹਿਲਾਂ ਹੀ ਇਹਨਾਂ ਦੀ ਡੇਟਸ਼ੀਟ ਪਾਈ ਗਈ ਸੀ ਔਰ ਰੋਲ ਨੰਬਰ ਤੇ ਤੁਹਾਨੂੰ ਪਤਾ ਲੱਗੇ ਤੁਹਾਡਾ ਪੇਪਰ ਕਿਸ ਦਿਨ ਕਿਸ ਜਗ੍ਹਾ ਤੇ ਹੈ ਔਰ ਜਿਨੀ ਇਨਸਟਰਕਸ਼ਨ ਉਹ ਵੀ ਪਤਾ ਲੱਗ ਜਾਏਗਾ ਔਰ ਤੁਸੀਂ ਆਪਣਾ ਰੋਲ ਨੰਬਰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਗਣਿਤ ਵਾਲੇ ਔਰ ਸਾਇੰਸ ਵਾਲੇ ਐਂਡ ਸਮਾਜਿਕ ਸਿੱਖਿਆ ਵਾਲੇ ਬਾਕੀ ਇਸ ਤੋਂ ਪਹਿਲਾਂ ਪੰਜਾਬੀ ਅੰਗਰੇਜ਼ੀ ਹਿੰਦੀ ਦੇ ਪੇਪਰ ਹੋ ਚੁੱਕੇ ਆ ਸੋ ਇਹ ਤੁਹਾਡੇ ਲਈ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਬਣਦੀ ਸੀ ਤਾਂ ਹੁਣ ਇੱਕ ਆਪਾਂ ਗੱਲ ਕਰ ਲਈਏ ਕਿ ਬੈਸੇ ਸਾਰੇ ਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਹਾਂ ਇਹ ਨੋਟਿਸ ਆ ਚੁੱਕਿਆ ਹੈ ਕਾਫੀ ਟਾਈਮ ਤੋਂ ਪਹਿਲਾਂ ਆਇਆ ਪਰ ਥੋੜੀ ਜੀ ਕਨਫਿਊਜ਼ਨ ਆਉਂਦੀ ਹੈ ਕਿ ਅਸੀਂ ਡਾਊਨਲੋਡ ਕਿਵੇਂ ਕਰੀਏ ਆਪਣਾ ਐਡਮਿਟ ਕਾਰਡ ਤਾਂ ਉਸ ਦੇ ਬਾਰੇ ਥੋੜੀ ਜੀ ਗੱਲ ਕਰ ਲੈਣੇ ਆ ਤਾਂ ਐਡਮਿਟ ਕਾਰਡ ਡਾਊਨਲੋਡ ਕਰਨ ਵਾਸਤੇ ਤੁਸੀਂ ਦੇਖੋ ਉੱਪਰ ਵੈਬਸਾਈਟ ਦਾ ਨਾਮ ਹੈ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਕਿਸੇ ਵੀ ਬ੍ਰਾਊਜ਼ਰ ਵਿੱਚ ਜਾ ਕੇ ਇਹ ਵੈਬਸਾਈਟ ਦੀ ਜਿਹੜੀ ਫਿਲ ਕਰਨੀ ਹੈ ਤੁਸੀਂ ਜਦੋਂ ਫਿਲ ਕਰੋਗੇ ਤੁਹਾਡੇ ਕੋਲੇ ਇਹ ਮੇਨ ਪੇਜ ਆ ਜਾਏਗਾ ਇੱਥੇ ਤੁਸੀਂ ਜਾਓਗੇ 2 ਇਸ 2182 ਤੇ ਜਦੋਂ ਕਲਿੱਕ ਕਰੋਗੇ ਥੋੜਾ ਇਹ ਨੈਟਵਰਕ ਪ੍ਰੋਬਲਮ ਆ ਸਕਦੀ ਹੈ ਜਦੋਂ ਵੀ ਇਹ ਖੁੱਲ ਜਾਏਗਾ ਤੁਹਾਨੂੰ ਦਿਖਾ ਦਨੇ ਇੱਕ ਵਾਰ 2182 ਵਾਲੇ ਤੇ ਇਸ ਤੇ ਕਲਿੱਕ ਕਰੋਗੇ ਤੁਸੀਂ ਜੋ ਕਿ ਇਹ ਆ ਸਾਹਮਣੇ ਠੀਕ ਹੈ ਇਹ ਵਾਲਾ ਹਾਂਜੀ ਵੈਸੇ ਨੈਟਵਰਕ ਦੀ ਪ੍ਰੋਬਲਮ ਕਰਕੇ ਜਿਹੜਾ ਖੁੱਲ ਨਹੀਂ ਰਿਹਾ ਇਹ ਪੋਰਟਲ ਕਿਹੜੀ ਵੀ ਵੈਬਸਾਈਟ ਵੀ ਭੀਜੀ ਹੋ ਜਾਂਦੀ ਹੈ ਪਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਅੱਗੇ ਜਿਹੜਾ ਕੀ ਹੋਏਗਾ 2182 ਮਾਸਟਰ ਕੈਡਰ ਭਰਤੀ ਵਾਲਾ ਲਿੰਕ ਮਿਲੇਗਾ ਉਸ ਤੇ ਜਾਓਗੇ ਜਦੋਂ ਹੀ ਲਿੰਕ ਮਿਲੇਗਾ ਤੁਹਾਨੂੰ ਅੱਗੇ ਫਿਰ ਇੱਕ ਨੋਟੀਫਿਕੇਸ਼ਨ ਸਾਹਮਣੇ ਆਉਣਗੇ ਉਹ ਨੋਟੀਫਿਕੇਸ਼ਨ ਦੇ ਜਾ ਕੇ ਸਾਈਟ ਤੇ ਤੋੜਾ ਲਿਖਿਆ ਹੋਏਗਾ ਲੌਗਇਨ ਕਰਨਾ ਹੋਏਗਾ ਤੁਸੀਂ ਸਾਈਟ ਤੇ ਇੱਕ ਬਾਕਸ ਹੋਏਗਾ ਉਹਦੇ ਵਿੱਚ ਆਪਣੀ ਆਈਡੀ ਰਜਿਸਟ੍ਰੇਸ਼ਨ ਨੰਬਰ ਲਾ ਕੇ ਜਿਹੜਾ ਲੌਗਇਨ ਕਰੋਗੇ ਜਦੋਂ ਲੌਗਇਨ ਕਰੋਗੇ ਅੱਗੇ ਜਿਹੜਾ ਤੁਹਾਨੂੰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਨੂੰ ਮਿਲ ਜਾਏਗਾ ਠੀਕ ਹੈ ਜੀ ਵੈਸੇ ਤੁਸੀਂ ਦੇਖ ਸਕਦੇ ਖੁੱਲ ਚੁੱਕਿਆ ਪਰ ਥੋੜਾ ਜਿਹਾ ਟਾਈਮ ਪਾ ਕੇ ਖੁੱਲ ਰਿਹਾ ਨੈਕਸਟ ਵੀ ਨਹੀਂ ਖੁੱਲ ਰਿਹਾ ਕਿ ਕੋਸਤਵਾ ਜੇ ਕਰਦੇ ਆ ਫਿਰ ਫਿਰ ਨੈਟਵਰਕ ਦੀ ਪ੍ਰੋਬਲਮ ਆਉਂਦੀ ਹੈ ਥੋੜੀ ਸੀ ਸੋ ਤੁਸੀਂ ਟਰਾਈ ਕਰੋਗੇ ਤਾਂ ਬਿਲਕੁਲ ਈਜ਼ੀ ਤੁਹਾਡੇ ਤੋਂ ਡਾਊਨਲੋਡ ਹੋ ਜਾਏਗਾ ਬਿਲਕੁਲ ਈਜ਼ੀ ਮੈਟਰ ਰਹੇਗਾ ਠੀਕ ਹੈ ਜੀ ਥੈਂਕ ਯੂ ਔਰ ਬੈਸਟ অফ ਲੱਕ ਟੂ 올 ਸਟੂਡੈਂਟਸ ਚਾਹੇ ਉਹ ਸਾਇੰਸ ਵਾਲੇ ਚਾਹੇ ਮੈਥ ਵਾਲੇ ਚਾਹੇ ਐਸਐਸਟੀ ਵਾਲੇ ਬਾਏ ਬਾਏ ਟੇਕ ਕੇਅਰ ਔਰ ਇੱਕ ਚੀਜ਼ ਹੁੰਦੀ ਸੀ ਪੰਜਾਬੀ ਦੇ ਲਈ ਜਿਹੜਾ ਸੌਰੀ ਆਪਾਂ ਕਹਿ ਲੈਦੇ ਨੇ ਵੀ ਪੰਜਾਬ ਹਿਸਟਰੀ ਦੇ ਲਈ ਜਿਹੜੀਆਂ ਐਸਐਸਟੀ ਦੀਆਂ ਕਲਾਸਾਂ ਕੁਝ ਪੈਂਡਿੰਗ ਹੈਗੀਆਂ ਆਪਣੀਆਂ ਉਹ ਆਪਾਂ ਕੰਪਲੀਟ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਹੀ ਲਗਭਗ ਜਿਹੜੇ ਬੱਚੇ ਹੈਗੇ ਆ ਠੀਕ ਹੈ ਮਹਾਰਾਜ ਰਜੀਤ ਸਿੰਘ ਗੁਰਗੋਬ ਸਿੰਘ ਵਾਲਾ ਟੌਪਿਕ ਕਰਾਂਗੇ ਐਮਸੀਕਿਊ ਵਿੱਚ ਮਹਾਰਾਜ ਰਜੀਤ ਸਿੰਘ ਵਾਲਾ ਤਾਂ ਉਹਦਾ ਸਿੱਖ ਐਂਗਲੋਜੀ ਤਿੰਨ ਟੌਪਿਕ ਹੈ ਤਾਂ ਉਹ ਕੰਪਲੀਟ ਕਰ ਦਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਟੇਕ ਕੇਅਰ ਬਾਏ ਬਾਏ